ਜੀ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਵੈਲਕਮ ਹੈ JKM ਇੰਸਟੀਟਿਊਟ ਦੇ ਯੂਟਿਊਬ ਚੈਨਲ 'ਤੇ ਮੇਰਾ ਨਾਮ ਹੈ ਜਸਪ੍ਰੀਤ ਅਤੇ ਅਸੀਂ ਕਰ ਰਹੇ ਹਾਂ ਪੰਜਾਬੀ ਦੀ ਲੈਕਚਰ ਲੜੀ ਅੱਜ ਦੀ ਵੀਡੀਓ ਵਿੱਚ ਅਸੀਂ ਟੱਪੇ ਕਰਨੇ ਨੇ ਅਸੀਂ ਲੋਕ ਗੀਤ ਕਰ ਲਏ ਨੇ ਘੋੜੀਆਂ ਕਰ ਲਈਆਂ ਸਿੱਠਣੀਆਂ ਕਰ ਲਈਆਂ ਅੱਜ ਦੀ ਵੀਡੀਓ ਵਿੱਚ ਅਸੀਂ ਟੱਪੇ ਕਰਾਂਗੇ ਨਾ ਜਿਹੜੇ ਟੱਪੇ ਨੇ ਇਹ ਮੈਨੂੰ ਅੱਜ ਵੀ ਅੱਛੀ ਤਰ੍ਹਾਂ ਯਾਦ ਹੈ ਮੇਰੀ ਦਾਦੀ ਨੇ ਮੈਨੂੰ ਬਚਪਨ 'ਚ ਸਿਖਾਏ ਸੀ ਵਿਆਹ ਸ਼ਾਦੀਆਂ 'ਤੇ ਗਾਉਣ ਵਾਸਤੇ ਅਤੇ ਟੱਪਿਆਂ 'ਤੇ ਤੁਹਾਨੂੰ ਜਨਰਲ ਕੁਸ਼ਚਨ ਵੀ ਆ ਸਕਦਾ ਹੈ ਜਾਂ ਕਿਸੇ ਟੱਪੇ ਦੀ ਐਕਸਪਲੇਨੇਸ਼ਨ ਯਾਨੀ ਪ੍ਰਸੰਗ ਸਹਿਤ ਵਿਆਖਿਆ ਵੀ ਆ ਸਕਦੀ ਹੈ ਟੱਪਾ ਜਿਹੜਾ ਉਹ ਦੋ ਲਾਈਨਾਂ ਦਾ ਇੱਕ ਤੁਸੀਂ ਕਹਿ ਸਕਦੇ ਹੋ ਪੋਇਟਰੀ ਦੀ ਫੋਰਮੇਸ਼ਨ ਹੈ ਔਰ ਗਿੱਧੇ ਵਿੱਚ ਇਹ ਬੋਲਿਆ ਜਾਂਦਾ ਹੈ ਅਤੇ ਇਹਨੂੰ ਲਮਕਾ ਕੇ ਬੋਲਿਆ ਜਾਂਦਾ ਯਾਨੀ ਲੰਬਾ ਖਿੱਚ ਕੇ ਐਂਡ ਇਸਦੇ ਜ਼ਿਆਦਾ ਵਰਡਸ ਨਹੀਂ ਹੁੰਦੇ ਅਤੇ ਵਿੱਚ ਬੱਲੇ ਬੱਲੇ ਵੀ ਐਡ ਕਰ ਦਿੱਤਾ ਜਾਂਦਾ ਠੀਕ ਹੈ ਬੋਲੀਆਂ ਵਿੱਚ ਇੱਕ ਤੁੱਕ ਵਾਲੀ ਵੰਗੀ ਨੂੰ ਟੱਪਾ ਜਾਂ ਟੱਪੇ ਕਹਿੰਦੇ ਆ ਠੀਕ ਹੈ ਜਿਵੇਂ ਇੱਕ ਟੱਪਾ ਇੱਕ ਜੰਪ ਉਵੇਂ ਹੀ ਇੱਕ ਵੰਗੀ ਦੋ ਲਾਈਨਸ ਵਾਲੀ ਜਿਹੜੀ ਸਾਡੇ ਕੋਲ ਲੋਕ ਗੀਤ ਹੈ ਉਹਨੂੰ ਟੱਪਾ ਕਹਿੰਦੇ ਨੇ ਸੋ ਕਾਫੀ ਸਾਰੇ ਟੱਪੇ ਦਿੱਤੇ ਹੋਏ ਨੇ ਅਤੇ ਇਸ 'ਚ ਕੁੜੀ ਮੁੰਡੇ ਦਾ ਕੋਈ ਫਰਕ ਨਹੀਂ ਹੈ ਜਿਵੇਂ ਸੁਹਾਗ ਅਤੇ ਘੋੜੀਆਂ ਵਿੱਚ ਮੁੰਡੇ ਕੁੜੀ ਦੇ ਵਿਆਹ ਦਾ ਡਿਫਰੈਂਸ ਆ ਜਾਂਦਾ ਇਸ 'ਚ ਇਹੋ ਜਿਹਾ ਕੁਛ ਨਹੀਂ ਹੈਗਾ ਅਤੇ ਦੋ ਟੱਪੇ ਕਰਕੇ ਅਸੀਂ ਕਰਨਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ ਟੱਪਾ ਹੈ ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇ ਮੈਂ ਕੀ ਜਾਣਾ ਤੇਰੀ ਸਾਰ ਨੂੰ ਇਹ ਪਹਿਲਾ ਟੱਪਾ ਹੈ ਦੂਜਾ ਟੱਪਾ ਹੈ ਤੇਰੇ ਦਿਲ ਦੀ ਮੈਲ ਨਾ ਜਾਵੇ ਨਾਉਂਦਾ ਫਿਰੇ ਤੀਰਥਾਂ 'ਤੇ ਕਿੱਥੇ ਪੌਲ ਦੇ ਬਾਜ਼ਾਰ ਦੀਆਂ ਦਾਖਾਂ ਕਿੱਕਰਾਂ ਦੇ ਬੀਜ ਬੀਜ ਕੇ ਇਹ ਤੀਜਾ ਚੌਥਾ ਹੈ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਅਤੇ ਪੰਜਵਾਂ ਟੱਪਾ ਹੈ ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ ਪਾਣੀ ਨਾਲੋਂ ਪੈ ਗਏ ਪਤਲੇ ਠੀਕ ਹੈ ਇਹ ਪੰਜ ਟੱਪੇ ਨੇ ਟੂ ਲਾਈਨਸ 'ਤੇ ਇੱਕ ਇੱਕ ਕਰਕੇ ਮੈਂ ਐਕਸਪਲੇਨੇਸ਼ਨ ਸ਼ੁਰੂ ਕਰਦੀ ਹਾਂ ਪਹਿਲਾ ਹੈ ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇ ਮੈਂ ਕੀ ਜਾਣਾ ਤੇਰੀ ਸਾਰ ਨੂੰ ਉਹ ਪ੍ਰੀਤਮ ਪਿਆਰਾ ਕਿਹੜੇ ਰੰਗਾਂ ਵਿੱਚ ਖੇਲ ਰਿਹਾ ਇਸ ਗੱਲ ਦੀ ਮੈਨੂੰ ਕੋਈ ਖਬਰ ਨਹੀਂ ਠੀਕ ਹੈ ਯਾਨੀ ਰੱਬ ਜਿਹੜਾ ਉਹ ਕਦੀ ਅਸੀਂ ਕਹਿੰਦੇ ਹਾਂ ਰੱਬ ਸਾਡੇ ਨਾਲ ਬੁਰਾ ਨਹੀਂ ਕਰ ਸਕਦਾ ਜਾਂ ਜੋ ਕੁਛ ਵੀ ਹੈ ਉਹ ਕਹਿੰਦੇ ਨੇ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ ਤੁਹਾਨੂੰ ਨਹੀਂ ਪਤਾ ਜੋ ਕੁਛ ਵੀ ਤੁਹਾਡੇ ਨਾਲ ਹੋ ਰਿਹਾ ਉਹ ਤੁਹਾਡੇ ਚੰਗੇ ਵਾਸਤੇ ਹੋ ਰਿਹਾ ਤੁਹਾਡੇ ਮਾੜੇ ਵਾਸਤੇ ਹੋ ਰਿਹਾ ਉਹ ਟਾਈਮ ਨਾਲ ਤੁਹਾਨੂੰ ਪਤਾ ਚੱਲਦਾ ਦੂਜਾ ਹੈ ਤੇਰੇ ਦਿਲ ਦੀ ਮੈਲ ਨਾ ਜਾਵੇ ਨਾਉਂਦਾ ਫਿਰੇ ਤੀਰਥਾਂ 'ਤੇ ਯਾਨੀ ਕਿ ਟੱਪਾ ਪੜ੍ਹ ਕੇ ਐਕਸਪਲੇਨੇਸ਼ਨ ਸਮਝ ਆ ਗਈ ਹੈ ਕਿ ਸਾਡੇ ਦਿਲ ਦੇ ਅੰਦਰ ਬੁਰਾਈਆਂ ਨੇ ਮੈਲ ਨੇ ਉਹ ਨਹੀਂ ਜਾ ਰਹੀ ਬਟ ਅਸੀਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰ ਰਹੇ ਹਾਂ ਅਸੀਂ ਹਰਿਮੰਦਰ ਸਾਹਿਬ ਜਾ ਰਹੇ ਹਾਂ ਅਸੀਂ ਗੰਗਾ 'ਤੇ ਹਰਿਦੁਆਰ ਸਭ ਜਗ੍ਹਾ ਜਾ ਰਹੇ ਹਾਂ ਇਸ਼ਨਾਨ ਕਰ ਰਹੇ ਹਾਂ ਬਟ ਉਸ ਇਸ਼ਨਾਨ ਦਾ ਕੋਈ ਫਾਇਦਾ ਨਹੀਂ ਜੇ ਸਾਡੇ ਅੰਦਰ ਦੀ ਮੈਲ ਨਹੀਂ ਜਾ ਰਹੀ ਠੀਕ ਹੈ ਭਾਵੇਂ ਤੀਰਥਾਂ 'ਤੇ ਨਾਉਂਦੇ ਫਿਰਦੇ ਹੈ ਪਰ ਤੇਰੇ ਦਿਲ ਦੀ ਮੈਲ ਨਹੀਂ ਜਾਣਦੀ ਤੀਰਥਾਂ 'ਤੇ ਜਾਣ ਦਾ ਵੀ ਕੀ ਲਾਭ ਹੈ ਜੇਕਰ ਮਨ ਸਾਫ਼ ਨਾ ਹੋਵੇ ਤੁਹਾਡਾ ਮਨ ਹੀ ਨਹੀਂ ਸਾਫ਼ ਅਤੇ ਤੁਹਾਨੂੰ ਤੀਰਥ 'ਤੇ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੈ ਕੋਈ ਫਾਇਦਾ ਨਹੀਂ ਠੀਕ ਹੈ ਅਗਲੀ ਹੈ ਕਿੱਥੇ ਪਾਲਦੇ ਬਜੌੜ ਦੀਆਂ ਦਾਖਾਂ ਕਿੱਕਰਾਂ ਦੇ ਬੀਜ ਬੀਜ ਕੇ ਯਾਨੀ ਜਿਹੋ ਜਿਹੇ ਤੁਸੀਂ ਕਰਮ ਕਰੋਗੇ ਉਹੋ ਜਿਹਾ ਹੀ ਰਿਜ਼ਲਟ ਆਏਗਾ ਜੇਕਰ ਤੁਸੀਂ ਘੀਏ ਦੀ ਫਸਲ ਲਗਾਓਗੇ ਤਾਂ ਘੀਆ ਹੀ ਉੱਗੇਗਾ ਅੰਬ ਤਾਂ ਉੱਗਣ ਹੋ ਰਹੇ ਉਵੇਂ ਹੀ ਜਿਹੋ ਜਿਹੇ ਤੁਸੀਂ ਕਰਮ ਕਰੋਗੇ ਉਹੋ ਜਿਹਾ ਹੀ ਤੁਹਾਡੇ ਨਾਲ ਹੋਏਗਾ ਮਨੁੱਖ ਜੋ ਬੀਜਦਾ ਹੈ ਉਹੀ ਵੱਢਦਾ ਹੈ ਕਿੱਕਰਾਂ ਦੇ ਬੀਜ ਬੀਜ ਕੇ ਤੂੰ ਬਜੌੜ ਦੇ ਇਲਾਕੇ ਦੀਆਂ ਦਾਖਾਂ ਕਿੱਥੋਂ ਪਾਲ ਰਹੇ ਯਾਨੀ ਦੂਜਿਆਂ ਲਈ ਤੁਸੀਂ ਕੰਡੇ ਜੇ ਬੀਜਦੇ ਹੋ ਤਾਂ ਤੁਹਾਨੂੰ ਵੀ ਕੰਡੇ ਹੀ ਮਿਲਣਗੇ ਤੁਹਾਡੇ ਨਾਲ ਕੁਛ ਬਹੁਤ ਚੰਗਾ ਨਹੀਂ ਹੋਣ ਵਾਲਾ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਨਾਮ ਬੋਲ ਟੱਪੇ ਤੋਂ ਹੀ ਪਤਾ ਚੱਲ ਰਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਰਵਾਂਗੇ ਪਰ ਜਦੋਂ ਮੁਸੀਬਤ ਆਉਂਦੀ ਹੈ ਉਹ ਵੀ ਲੋਕ ਨੇ ਜਿਹੜੇ ਭੱਜ ਕੇ ਚਲੇ ਜਾਂਦੇ ਨੇ ਮੁਸ਼ਕਿਲ ਵੇਲੇ ਸਭ ਭੱਜ ਜਾਂਦੇ ਹਨ ਠੀਕ ਹੈ ਜਿਹੜੇ ਇਹ ਕਹਿੰਦੇ ਸੀ ਕਿ ਤੇਰੇ ਨਾਲ ਹੀ ਮਰਾਂਗੇ ਉਹ ਮੈਦਾਨ ਛੱਡ ਕੇ ਭੱਜ ਗਏ ਯਾਨੀ ਕਿ ਜੇ ਤੁਹਾਨੂੰ ਚੈੱਕ ਕਰਨਾ ਹੈ ਕਿ ਤੁਹਾਡਾ ਅਸਲ ਦੋਸਤ ਕਿਹੜਾ ਹੈ ਤੁਹਾਡਾ ਅਸਲ ਰਿਸ਼ਤੇਦਾਰ ਕਿਹੜਾ ਹੈ ਉਹ ਤੁਹਾਨੂੰ ਤਾਂ ਹੀ ਪਤਾ ਚੱਲੇਗਾ ਜਦ ਤੁਹਾਡੇ ਉੱਤੇ ਕੋਈ ਮੁਸੀਬਤ ਆਏਗੀ
ਤੇ ਉਹ ਬੰਦਾ ਤੁਹਾਡੇ ਨਾਲ ਖੜਾ ਹੋਏਗਾ। ਜੇਕਰ ਉਹ ਨਾਲ ਖੜਾ ਹੈ ਤਾਂ ਹੀ ਉਹ ਸੱਚਾ ਸਾਥੀ ਹੈ, ਅਦਰਵਾਈਜ਼ ਸਾਰੇ ਭੱਜ ਜਾਂਦੇ ਨੇ। ਉਸ ਤੋਂ ਬਾਅਦ ਲਾਸਟ ਟੱਪਾ ਹੈ, ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ ਪਾਣੀ ਨਾਲੋਂ ਪੈ ਗਏ ਪਤਲੇ। ਇਹ ਵੀ ਇਹੀ ਗੱਲ ਨੂੰ ਦਰਸਾਉਂਦਾ ਹੈ। ਮਨੁੱਖ ਨੂੰ ਬਦਲਦਿਆਂ ਦੇਰ ਨਹੀਂ ਲੱਗਦੀ। ਜਿਹੜੇ ਕਹਿੰਦੇ ਸੀ ਕਿ ਦੁੱਧ ਬਣ ਕੇ ਰਹਾਂਗੇ ਉਹ ਪਾਣੀ ਨਾਲੋਂ ਵੀ ਪਤਲੇ ਪੈ ਗਏ, ਯਾਨੀ ਕਿ ਇਨਸਾਨ ਨੂੰ ਬਦਲਦੇ ਹੋਏ ਟਾਈਮ ਨਹੀਂ ਲੱਗਦਾ। ਜੇਕਰ ਤੁਹਾਡੇ ਉੱਤੇ ਮੁਸੀਬਤ ਆਈ ਹੈ ਤੇ ਕਿਸੇ ਨੇ ਤੁਹਾਨੂੰ ਕਿਹਾ ਕਿ ਅਸੀਂ ਦੁੱਧ ਬਣ ਕੇ ਤੇਰੇ ਨਾਲ ਰਹਾਂਗੇ, ਸਟਰੈਂਥ ਬਣ ਕੇ ਰਹਾਂਗੇ, ਉਹ ਪਾਣੀ ਨਾਲੋਂ ਵੀ ਪਤਲੇ ਰਹੇ, ਯਾਨੀ ਉਸ ਵੇਲੇ ਉਹਨਾਂ ਨੇ ਤੁਹਾਡੀ ਮਦਦ ਨਹੀਂ ਕੀਤੀ। ਸੋ ਇਹ ਸੀਗੇ ਸਾਡੇ 1, 2, 3, 4, 5 ਟੱਪੇ, ਦੋ ਦੋ ਲਾਈਨਸ ਦੇ ਨੇ। ਆਈ ਗੈਸ ਕਾਫੀ ਈਜ਼ੀਲੀ ਸਮਝ ਆ ਗਿਆ ਹੋਗਾ, ਆ ਗਿਆ ਹੋਏਗਾ। ਬਟ ਜੇ ਨਹੀਂ ਸਮਝ ਆਇਆ ਤਾਂ ਮੈਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਣਾ, ਸੋ ਦੈਟ ਮੈਂ ਉਸਨੂੰ ਔਰ ਬੈਟਰ ਵੇ ਨਾਲ ਐਕਸਪਲੇਨ ਕਰ ਸਕਾਂ। ਆਉਂਦੇ ਹਾਂ ਨੈਕਸਟ ਟੱਪੇ 'ਤੇ, ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ। ਯਾਨੀ ਮਨੁੱਖ ਨੇ ਜਿਹੜੀਆਂ ਜਾਤਾਂ ਬਣਾਈਆਂ ਨੇ ਉਹ ਸਿਰਫ ਧਰਤੀ ਤੱਕ ਸੀਮਿਤ ਹੈ। ਜਦ ਤੁਸੀਂ ਓਬਵੀਅਸਲੀ ਤੁਹਾਡੀ ਡੈਥ ਹੋਏਗੀ, ਤੁਹਾਡੇ ਲੇਖ ਜੋਖ ਗਿਣੇ ਜਾਣਗੇ ਕਿ ਕਿਸ ਬੰਦੇ ਨੇ ਕਿੰਨਾ ਅੱਛਾ ਕੀਤਾ, ਕਿੰਨਾ ਬੁਰਾ ਕੀਤਾ। ਉਸ ਵੇਲੇ ਉਸਦੀ ਜਾਤ ਨਹੀਂ ਦੇਖੀ ਜਾਏਗੀ, ਉਸ ਵੇਲੇ ਉਸਦੇ ਮਾੜੇ ਅਤੇ ਚੰਗੇ ਕੰਮ ਦੇਖੇ ਜਾਣਗੇ। ਰੱਬ ਦੀ ਦਰਗਾਹ ਵਿੱਚ ਜਾਂ ਅਮਲਾਂ ਵਿੱਚ ਤਾਂ ਅਮਲਾਂ ਕਰਮਾਂ ਅਨੁਸਾਰ ਨਿਬੇੜੇ ਹੋਣਗੇ, ਉੱਥੇ ਕਿਸੇ ਨੇ ਵੀ ਜਾਤ ਨਹੀਂ ਪੁੱਛਣੀ, ਸਗੋਂ ਮਨੁੱਖ ਦੇ ਕਰਮ ਹੀ ਦੇਖੇ ਜਾਣਗੇ। ਠੀਕ ਹੈ। ਦੂਜਾ ਹੈ, ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੂਲ ਪੈਂਦਾ ਅਕਲਾਂ 'ਤੇ। ਯਾਨੀ ਕਿ ਕਹਿੰਦੇ ਨੇ ਕਿ ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ। ਵੈਸੇ ਇਹ ਸੋਸਾਇਟੀ ਦੀ ਰਿਐਲਿਟੀ ਨਹੀਂ ਹੈ, ਗੋਰੇ ਰੰਗ ਨੂੰ ਹੀ ਸਾਰੇ ਪੁੱਛਦੇ ਨੇ। ਟੱਪਾ ਹੈ, ਗੋਰੇ ਰੰਗ ਨੂੰ ਨਾ ਕੋਈ ਪੁੱਛਦਾ, ਮੁੱਲ ਪੈਂਦਾ ਅਕਲਾਂ 'ਤੇ। ਯਾਨੀ ਇਹ ਮੈਟਰ ਨਹੀਂ ਕਰਦਾ ਤੁਸੀਂ ਕਿੰਨੇ ਸੋਹਣੇ ਹੋ, ਤੁਹਾਡੀ ਅਕਲ ਕਿਹੋ ਜਿਹੀ ਹੈ ਉਹ ਜ਼ਿਆਦਾ ਮੈਟਰ ਕਰਦਾ। ਬਟ ਮੈਨੂੰ ਲੱਗਦਾ ਕਿ ਸੋਸਾਇਟੀ ਸਾਡੀ ਪੁੱਠੀ ਚੱਲਦੀ ਹੈ। ਮਨੁੱਖ ਨੂੰ ਗੋਰੇ ਰੰਗ ਦਾ ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ, ਸਗੋਂ ਮੁੱਲ ਤਾਂ ਅਕਲਾਂ ਦਾ ਪੈਂਦਾ। ਯਾਨੀ ਬੇਸ਼ੱਕ ਤੁਸੀਂ ਇੰਨੇ ਸੋਹਣੇ ਨਹੀਂ ਹੋ, ਬਟ ਜੇਕਰ ਤੁਸੀਂ ਪੜ੍ਹੇ ਲਿਖੇ ਹੋ, ਤੁਹਾਨੂੰ ਲੋਕਾਂ ਨਾਲ ਗੱਲ ਕਰਨ ਦੀ ਜਾਚ ਹੈ, ਤੁਹਾਨੂੰ ਚੰਗੇ ਬੁਰੇ ਦਾ ਅੱਛੀ ਤਰ੍ਹਾਂ ਪਤਾ ਹੈ, ਉਹ ਚੀਜ਼ ਜ਼ਿਆਦਾ ਮੈਟਰ ਕਰਦੀ ਹੈ। ਅਗਲਾ ਟੱਪੇ 'ਤੇ ਆਉਂਦੇ ਹਾਂ, ਤੇਰੇ ਬੋਤੇ ਨੂੰ ਗੁਆਰ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ, ਉੱਚਾ ਹੋ ਗਿਆ ਅੰਬਰਾ ਦਾ ਰਾਜਾ, ਰੋਇਆ 'ਚ ਹਾੜ ਬੋਲਿਆ। ਇਸ ਦੀ ਐਕਸਪਲੇਨੇਸ਼ਨ ਪੜ੍ਹਦੇ ਹਾਂ। ਸਹੁਰੇ ਘਰ ਬੈਠੀ ਭੈਣ ਵੀਰ ਨੂੰ ਯਾਦ ਕਰਦੀ ਆਖਦੀ ਹੈ ਕਿ ਜੇਕਰ ਉਹਦਾ ਵੀਰ ਉਹਨੂੰ ਮਿਲਣ ਲਈ ਆਵੇ ਤਾਂ ਉਹ ਉਹਦੇ ਬੋਤੇ ਨੂੰ ਗੁਆਰ ਦੀਆਂ ਫਲੀਆਂ ਚਾਹੇਗਾ ਅਤੇ ਵੀਰ ਨੂੰ ਦੁੱਧ ਦਾ ਛੰਨਾ ਦੇਗਾ। ਠੀਕ ਹੈ। ਜੰਗਲ ਉਜਾੜ ਵਿੱਚ ਸੋ, ਯਾਨੀ ਕਿ ਜਿਹੜੀ ਭੈਣ ਹੈ ਉਹ ਸਹੁਰੇ ਘਰ ਬੈਠੀ ਹੈ ਅਤੇ ਉਹ ਆਪਣੇ ਵੀਰ ਨੂੰ ਜਿਹੜਾ ਨਾ ਬਹੁਤ ਜ਼ਿਆਦਾ ਯਾਦ ਕਰ ਰਹੀ ਹੈ। ਉਹ ਕਹਿੰਦੀ ਮੇਰਾ ਵੀਰ ਆਇਆ, ਮੈਂ ਉਹਨੂੰ ਦੁੱਧ ਦੇਵਾਂ, ਲੱਸੀ ਦੇਵਾਂ, ਕਿਉਂਕਿ ਓਬਵੀਅਸਲੀ ਜਿਹੜੀ ਕੁੜੀ ਹੈ ਉਹ ਵਿਆਹ ਕੇ ਕਿਸੇ ਹੋਰ ਘਰ ਚਲੀ ਗਈ ਹੈ, ਉੱਥੇ ਉਹਨੂੰ ਐਡਜਸਟਮੈਂਟ ਕਰਨੀ ਪੈ ਰਹੀ ਹੈ ਬਹੁਤ ਜ਼ਿਆਦਾ। ਅਤੇ ਜਿਹੜਾ ਉਹਦਾ ਵੀਰ ਹੈ, ਉਹਦੇ ਮਾਪਿਓ ਹੈ ਉੱਥੇ ਹੈ, ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਯਾਦ ਕਰ ਰਹੀ ਹੈ। ਗਿੱਧਿਆਂ 'ਚ ਨੱਚਦੀ ਦਾ ਤੇਰਾ ਦੇਵੇ ਰੂਪ ਦੁਹਾਈਆਂ। ਠੀਕ ਹੈ। ਗਿੱਧਿਆਂ ਵਿੱਚ ਨੱਚਦੀ ਮੁਟਿਆਰ ਤੇਰਾ ਰੂਪ ਦੁਹਾਈਆਂ ਦਿੰਦਾ ਹੈ, ਅਥਵਾ ਤੇਰੇ 'ਤੇ ਪੂਰੀ ਜਵਾਨੀ ਹੈ। ਯਾਨੀ ਕੁੜੀ ਜਦ ਗਿੱਧੇ ਵਿੱਚ ਨੱਚ ਰਹੀ ਹੈ ਅਤੇ ਲੋਕਾਂ ਨੂੰ ਰਿਅਲਾਈਜੇਸ਼ਨ ਹੋ ਰਹੀ ਹੈ ਕਿ ਇਸ 'ਤੇ ਤਾਂ ਜਵਾਨੀ ਖੂਬ ਚੜੀ ਹੋਈ ਹੈ, ਬਹੁਤ ਸੋਹਣੀ ਹੈ, ਵਿਆਹਣ ਲਾਇਕ ਬਿਲਕੁਲ ਰੈਡੀ ਹੈਗੀ ਹੈ। ਸੋ ਇਹ ਸੀਗਾ ਸਾਡਾ ਲਾਸਟ ਟੱਪਾ। ਕਿਹੜੇ ਕਿਹੜੇ ਟੱਪੇ ਪੜ੍ਹੇ ਨੇ ਅੱਜ ਦੀ ਵੀਡੀਓ ਵਿੱਚ ਮੈਂ ਦੱਸਦੀ ਹਾਂ। ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਦੂਜਾ ਟੱਪਾ, ਤੇਰੇ ਦਿਲ ਦੀ ਮੈਲ ਨਾ ਜਾਵੇ, ਨੌਂਦਾ ਫਿਰੇ ਤੀਰਥਾਂ 'ਤੇ। ਤੀਜਾ ਟੱਪਾ, ਕਿੱਥੋਂ ਪਾਲਦਾ ਬਜੋੜ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਬੀਜ ਕੇ। ਅਗਲਾ, ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ, ਪਾਣੀ ਨਾਲੋਂ ਪੈ ਗਏ ਪਤਲੇ।
ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਜਾਤ ਕਿਸੇ ਪੁੱਛਣੀ ਨਹੀਂ। ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦਾ ਅਕਲਾਂ ਤੇ। ਤੇਰੇ ਬੋਤੇ ਨੂੰ ਗਵਾਰ ਦੀਆਂ ਫਲੀਆਂ, ਤੈਨੂੰ ਵੀਰੇ ਦੁੱਧ ਦਾ ਛੰਨਾ, ਉੱਚਾ ਹੋ ਗਿਆ ਅੰਬਰਾ ਦਾ ਰਾਜਾ, ਰੋਇਆ ਰੋਇਆ ਚੋ ਹਾੜ ਬੋਲਿਆ, ਗਿੱਧਿਆਂ ਚ ਨੱਚਦੀ ਦਾ ਤੇਰਾ ਦੇਵੇ ਰੂਪ ਤੁਹਾਈਆਂ। ਸੋ ਇਹ ਸਾਰੇ ਟੱਪੇ ਅਸੀਂ ਅੱਜ ਦੀ ਵੀਡੀਓ ਵਿੱਚ ਡਿਸਕਸ ਕੀਤੇ। ਜੇਕਰ ਤੁਸੀਂ ਇੱਥੇ ਤੱਕ ਵੀਡੀਓ ਦੇਖੀ ਹੈ, ਤੁਹਾਨੂੰ ਅੱਛੀ ਲੱਗ ਰਹੀ ਹੈ, ਤਾਂ ਇਹਨੂੰ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ। ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਕੁਛ ਨੈਕਸਟ ਟੱਪਿਆਂ ਨਾਲ। ਤਦ ਤੱਕ ਲਈ ਧੰਨਵਾਦ।